ਮੈਂ ਰਾਤ ਨੂੰ ਪਹਿਲਾਂ ਇੱਥੇ ਘਰੇ ਨਹੀਂ ਸੀਗਾ, ਸਵੇਰੇ ਆਇਆ ਅਤੇ ਮੈਂ ਸਵੇਰੇ ਤਿਆਰ ਹੋ ਕੇ ਡਿਊਟੀ ਜਾਣ ਵਾਸਤੇ 8:30 ਵਜੇ ਆਇਆ ਜੀ ਇੱਥੇ। 8:30-9 ਵਜੇ ਤੋਂ ਬਾਅਦ 'ਚ ਮੈਂ ਤਿਆਰ ਹੋ ਕੇ ਚੱਲ ਗਿਆ ਸੀਗਾ। ਮੈਂ ਜਦੋਂ ਬਾਅਦ ਡਿਊਟੀ ਗਿਆ ਤਾਂ ਮੈਨੂੰ ਘਬਰਾਹਟ ਹੋਣ ਲੱਗੀ ਅਤੇ ਮੈਂ ਵਾਪਸ ਆਇਆ 10:30 ਵਜੇ ਦੇ ਵਿੱਚ ਇੱਥੇ ਆਇਆ ਅਤੇ ਆ ਕੇ ਦੇਖਿਆ ਘਰ ਦੇ ਸਾਰੇ ਤਾਲੇ ਟੁੱਟੇ ਹੋਏ ਸੀਗੇ ਅਤੇ ਨਾਲ ਆਪਣਾ ਸਮਾਨ ਖਿਲ ਰਿਹਾ ਪਿਆ। ਦਿਨ ਦੇ ਵਿੱਚ ਹੋਇਆ ਸਾਰਾ? ਇਹ ਸਭ ਦਿਨ ਦੇ ਵਿੱਚ ਹੋਇਆ ਜੀ। ਆਪਣੇ ਕੁਛ ਗਹਿਣੇ ਸੀਗੇ, 4-5 ਗਹਿਣੇ ਸੀਗੇ ਅਤੇ ਨਾਲ ਕੁਛ ਕੈਸ਼ ਸੀਗਾ, ਉਹ ਲੈ ਗਏ। ਕਿੰਨੇ ਦੇ ਗਹਿਣੇ ਹੋਣੇ ਅਤੇ ਕੈਸ਼ ਕਿੰਨਾ ਕਿੰਨਾ ਹੋਣਾ? ਮੈਂ ਆਪਣੇ ਗਹਿਣਾ ਹੋਊਗਾ 1.5-2 ਲੱਖ ਦੇ ਤਕਰੀਬਨ ਗਹਿਣਾ ਹੋਣਾ ਵਾ, ਬਾਕੀ ਕੈਸ਼ 16,000 ਹੈਗੇ। ਕੈਸ਼ 16,000 ਸੀਗਾ? ਹਾਂਜੀ। ਇਹਨਾਂ ਨੇ ਇੱਕ ਇੱਕ ਪਾਈ ਕਿੱਦਾਂ ਜੋੜੀ ਹੈ? ਕਿਉਂਕਿ ਪਾਪਾ ਤਾਂ ਹੈ ਨਹੀਂ ਸੀ, ਇਹਨੇ ਖੁਦ ਪਾਰਟ ਟਾਈਮ ਜੋਬ ਕਰਕੇ ਆਪਣਾ ਮੈਰਿਜ ਵੀ ਆਪੇ ਆਪੇ ਕਰਾਈ ਹੈ ਅਤੇ ਜੇਵਰਾਤ ਵੀ ਇਹਨੇ ਆਪੇ ਬਣਾਏ, ਕਿਸੇ ਦੀ ਹੈਲਪ ਨਹੀਂ ਲਈ। ਦੇਖੋ ਮੇਨ ਚੀਜ਼ ਇਹਨਾਂ ਦੇ ਗਹਿਣੇ ਸੀਗੇ ਅਤੇ ਕੈਸ਼ ਸੀਗਾ, ਉਹਦੇ 'ਤੇ ਹੀ ਸਿੱਧਾ ਉਹਨਾਂ ਨੇ ਅਟੈਕ ਕੀਤਾ। ਹੋਰ ਬਾਕੀ ਹੋਰ ਕਿਸੇ ਜ਼ਿਆਦਾ ਚੀਜ਼ ਨੂੰ ਫਰੋਲਾ ਫਰਾਲੀ ਕੀਤੀ, ਹੋਰ ਕੋਈ ਇਹੋ ਜਿਹੀ ਚੀਜ਼ ਨਹੀਂ ਲੈ ਕੇ ਗਏ। ਦਿਨ ਦਿਹਾੜੇ ਚੋਰੀਆਂ ਨਸ਼ੇੜੀ ਦਾ ਪੂਰਾ ਹੋਇਆ ਹੋਇਆ। ਮੈਂ ਰਿਕੁਐਸਟ ਕਰਦਾ ਪੁਲਿਸ ਡਿਪਾਰਟਮੈਂਟ ਨੂੰ ਇਸ ਚੀਜ਼ਾਂ ਨੂੰ ਜਲਦੀ ਤੋਂ ਜਲਦੀ ਨੱਥ ਪਈ ਜਾਵੇ, ਨਹੀਂ ਤਾਂ ਆਉਣ ਵਾਲਾ ਸਮਾਂ ਬਹੁਤ ਬੁਰਾ ਹਾਲ ਹੈ ਪੰਜਾਬ ਦਾ। ਲੁਧਿਆਣਾ ਵਾਲੇ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ, ਮੈਂ ਵਿਸ਼ਾਲ ਕਪੂਰ। ਇਸ ਸਮੇਂ ਮਹਾਂ ਸਿੰਘ ਨਗਰ ਅਸੀਂ ਮੌਜੂਦ ਹੈਗੇ ਹਾਂ, ਜਿੱਥੇ ਇੱਕ ਤਸਵੀਰ ਤੁਹਾਨੂੰ ਸਾਹਮਣੇ ਦਿਖਾ ਰਹੇ, ਘਰ ਦੇ ਵਿੱਚ ਕੋਈ ਨਹੀਂ ਹੁੰਦਾ ਲੇਕਿਨ ਚੋਰ ਇੰਨੇ ਐਕਟਿਵ ਹੋ ਚੁੱਕੇ ਕਿ ਚੋਰਾਂ ਨੇ ਘਰ ਦਾ ਪੂਰਾ ਸਾਫ਼ ਕਰ ਦਿੱਤਾ ਗਿਆ। ਲੇਕਿਨ ਤਸਵੀਰ ਦਿਖਾ ਰਹੇ ਹਾਂ, ਜੋ ਤਸਵੀਰ ਤੁਹਾਨੂੰ ਪਹਿਲੇ ਦੀਵਾਨ 'ਤੇ ਦਿਖਾਈ ਜਾਊਗੀ, ਜੋ ਸਮਾਨ ਜਿਹੜਾ ਆਰਾਮ ਨਾਲ ਫਲੋਲਿਆ ਗਿਆ ਕੱਢਿਆ ਗਿਆ, ਉਸ ਤੋਂ ਬਾਅਦ ਜੋ ਪਰਚੀਆਂ ਸੀਗੀਆਂ ਉਹ ਦੇਖੀਆਂ ਗਈਆਂ, ਉਸ ਤੋਂ ਬਾਅਦ ਜੋ ਜੇਵਰਾਤ ਦੇ ਪੈਕਟ ਹੁੰਦੇ ਨੇ ਉਹ ਦੇਖੇ ਗਏ, ਉਸ ਤੋਂ ਬਾਅਦ ਇਸ ਕਮਰੇ ਦੇ ਵਿੱਚ ਦਾਖਲ ਹੁੰਦੇ ਨੇ, ਸਾਰਾ ਸਮਾਨ ਜਿਹੜਾ ਹੈਗਾ ਵਾ ਫਲੋਰਿਆ ਜਾਂਦਾ ਵਾ। ਇਹ ਤਸਵੀਰ ਦਿਖਾਈ ਜਾ ਰਹੀ ਹੈ, ਪੂਰੀ ਤਸੱਲੀ ਦੇ ਨਾਲ ਘਰੇ ਕੋਈ ਨਹੀਂ ਹੁੰਦਾ ਲੇਕਿਨ ਤਸੱਲੀ ਦੇ ਨਾਲ ਚੋਰ ਆਪਣਾ ਹੱਥ ਸਾਫ਼ ਕਰਦੇ ਨੇ, ਪੂਰਾ ਪੂਰਾ ਦੀਵਾਨ ਖੋਲਿਆ ਜਾਂਦਾ, ਟੈਚੀਆਂ ਤੱਕ ਖੋਲੀਆਂ ਜਾਂਦੀਆਂ ਨੇ। ਇਹ ਜੋ ਅਲਮੀਰਾ ਹੈਗੀ ਉਹ ਨੀਚੋਂ ਟੋਲੀ ਜਿਹੜੀ ਹੈਗੀ ਉਹ ਨੀਚੋਂ ਖੋਲੀ ਜਾਂਦੀ ਹੈ, ਇੱਥੇ ਤਾਂ ਨਹੀਂ ਕੋਈ ਸਮਾਨ ਹੈਗਾ, ਇੱਥੇ ਤਾਂ ਨਹੀਂ ਕੋਈ ਖਜ਼ਾਨਾ ਰੱਖਿਆ ਜਾਂ ਪੈਸਾ ਰੱਖਿਆ, ਲੇਕਿਨ ਉਹ ਤਸਵੀਰ ਹੈ। ਦੂਜਾ ਕਮਰਾ ਨਾਲੇ ਹੈਗਾ ਵਾ, ਉਹਦੀ ਤਸਵੀਰ ਵੀ ਦਿਖਾ ਰਹੇ ਹਾਂ। ਇਹ ਤਸਵੀਰ ਹੈ ਜੋ ਪੂਰੀ ਪੂਰੀ ਅਲਮਾਰੀ ਜਿਹੜੀ ਹੈ ਅਲਮੀਰਾ ਜਿਹੜੀ ਹੁੰਦੀ ਹੈ ਪੂਰੀ ਖੋਲੀ ਹੋਈ ਹੈ, ਤੋੜੀ ਗਈ ਹੈ, ਟੈਚੀਆਂ ਹਲਾ ਦੇ ਸਕਦੇ ਹੋ ਕਿਸ ਤਰ੍ਹਾਂ ਖੋਲੀਆਂ ਗਈਆਂ, ਪੂਰਾ ਪੂਰਾ ਸਮਾਨ ਜਿਹੜਾ ਪੂਰਾ ਤਸੱਲੀ ਨਾਲ ਖੋਲਿਆ ਗਿਆ ਵਾ ਕਿ ਕੋਈ ਵੀ ਸਮਾਨ ਜਿਹੜਾ ਇੱਥੇ ਨਾ ਛੱਡਿਆ ਜਾਵੇ, ਅਗਰ ਛੱਡਿਆ ਵੀ ਜਾਵੇ ਤਾਂ ਆਖਿਰ ਉਹ ਪੈਸਾ ਨਾ ਹੋਵੇ। ਇਹ ਤਸਵੀਰ ਇਸ ਕਰਕੇ ਦਿਖਾ ਰਿਹਾ ਤੁਹਾਨੂੰ ਮੈਂ ਕਿ ਤਸਵੀਰ ਦੇਖ ਕੇ ਤੁਸੀਂ ਵੀ ਹੈਰਾਨ ਜਾਓਗੇ, ਅਗਰ ਘਰ ਜਿਹੜਾ ਖਾਲੀ ਛੱਡ ਕੇ ਜਾਂਦੇ ਹੋ ਤਾਂ ਤੁਸੀਂ ਘਰ ਖਾਲੀ ਛੱਡ ਕੇ ਨਾ ਜਾਓ। ਇਹ ਦੇਖ ਸਕਦੇ ਹੋ ਕਿ ਇਹ ਕਿਸ ਤਰ੍ਹਾਂ ਤੋੜੀ ਹੋਈ ਹੈ ਅਲਮੀਰਾ, ਇਹ ਦੇਖ ਸਕਦੇ ਹੋ ਕੋਈ ਚੀਜ਼ ਪਾ ਕੇ ਤੋੜੀ ਹੋਈ ਅਲਮੀਰਾ, ਕਿ ਤੋੜ ਕੇ ਇਹਦਾ ਜਿਹੜਾ ਦਰਵਾਜ਼ਾ ਉਹ ਪੂਰਾ ਵਿੰਗਾ ਕੀਤਾ ਹੋਇਆ ਨੀਚੋਂ ਦੀ। ਆਹ ਲੋਕਰ ਦੇਖ ਸਕਦੇ ਹੋ ਕਿ ਪੂਰੇ ਦੇ ਪੂਰੇ ਤੋੜੇ ਹੋਏ ਨੇ, ਸੱਬਲ ਪਾ ਕੇ ਜਾਂ ਕੋਈ ਚੀਜ਼ ਪਾ ਕੇ ਤੋੜੇ ਹੋਏ ਨੇ, ਲੋਕਰ ਪੂਰੇ ਤੋੜੇ ਹੋਏ ਨੇ, ਲੇਕਿਨ ਇਹ ਤਸਵੀਰ ਉੱਪਰਲੇ ਵੀ ਲੋਕ ਤੋੜੇ ਹੋਏ ਨੇ। ਪੂਰਾ ਪੂਰਾ ਘਰ ਖਾਲੀ ਕਰ ਲਿੱਤਾ ਗਿਆ ਵੈ। ਘਰ ਦੇ ਵਿੱਚ ਕੀ ਕੀ ਸੀਗਾ? ਜੋ ਘਰ ਦੇ ਉਹ ਹੈਗੇ ਨੇ ਮੋਢੀ ਨੇ, ਉਹਨਾਂ ਨਾਲ ਗੱਲਬਾਤ ਕਰ ਲੈਂਦੇ ਅਸੀਂ। ਵੀਰ ਕੀ ਨਾਮ ਹੈ ਆਪਣਾ? ਮੇਰਾ ਨਾਮ ਬਲਜਿੰਦਰ ਸਿੰਘ ਹੈ ਜੀ। ਬਲਜਿੰਦਰ, ਕੀ ਕਿੰਨੇ ਵਜੇ ਦਾ ਮਾਮਲਾ ਹੈਗਾ, ਕੀ ਕਿੱਥੇ ਸੀਗੇ ਤੁਸੀਂ ਸਾਰੇ? ਮੈਂ ਰਾਤ ਨੂੰ ਪਹਿਲਾਂ ਇੱਥੇ ਘਰੇ ਨਹੀਂ ਸੀਗਾ, ਸਵੇਰੇ ਆਇਆ ਤਾਂ ਮੈਂ ਸਵੇਰੇ ਤਿਆਰ ਹੋ ਕੇ ਡਿਊਟੀ ਜਾਣ ਵਾਸਤੇ 8:30 ਵਜੇ ਆਇਆ ਜੀ ਇੱਥੇ। 8:30-9 ਵਜੇ ਤੋਂ ਬਾਅਦ 'ਚ ਮੈਂ ਤਿਆਰ ਹੋ ਕੇ ਚੱਲ ਗਿਆ ਸੀਗਾ। ਮੈਂ ਜਦੋਂ ਬਾਅਦ ਡਿਊਟੀ ਗਿਆ ਤਾਂ ਮੈਨੂੰ ਘਬਰਾਹਟ ਹੋਣ ਲੱਗੀ ਅਤੇ ਮੈਂ ਵਾਪਸ ਆਇਆ 10:30 ਵਜੇ ਦੇ ਵਿੱਚ ਇੱਥੇ ਆਇਆ ਅਤੇ ਆ ਕੇ ਦੇਖਿਆ ਘਰ ਦੇ ਸਾਰੇ ਤਾਲੇ ਟੁੱਟੇ ਹੋਏ ਸੀਗੇ ਅਤੇ ਨਾਲ ਆਪਣਾ ਸਮਾਨ ਖਿਲ ਰਿਹਾ ਪਿਆ। ਦਿਨ ਦੇ ਵਿੱਚ ਹੋਇਆ ਸਾਰਾ ਕੰਮ? ਇਹ ਸਭ ਦਿਨ ਦੇ ਵਿੱਚ ਹੋਇਆ ਜੀ। ਕਿੰਨੇ ਵਜੇ ਗਏ ਤੁਸੀਂ ਕੰਮ 'ਤੇ? ਮੈਂ ਘਰੇ ਕੰਮ ਤੋਂ ਗਿਆ ਜੀ 8:30-9 ਵਜੇ ਦੇ ਵਿੱਚ ਗਿਆ ਜੀ। ਮਤਲਬ 1.5 ਘੰਟੇ 'ਚ ਘਰ ਸਾਫ਼ ਕਰਤਾ? ਹਾਂਜੀ, 1.5 ਘੰਟੇ ਘਰ ਸਾਫ਼ ਕਰਤਾ ਜੀ। ਉਹਨਾਂ ਨੂੰ ਆਹ ਗਲੀ ਗੁਲੀ ਦੇ ਕੀ ਪਤਾ ਲੱਗ ਪਾਇਆ ਕੌਣ ਨੇ? ਇਹ ਹਜੇ ਤੱਕ ਕੁਛ ਨਹੀਂ ਪਤਾ ਲੱਗ ਪਾਇਆ ਜੀ। ਕੀ ਕੀ ਲੈ ਗਏ ਨੇ? ਆਪਣੇ ਕੁਛ ਗਹਿਣੇ ਸੀਗੇ, 4-5 ਗਹਿਣੇ ਸੀਗੇ ਅਤੇ ਨਾਲ ਕੁਛ ਕੈਸ਼ ਸੀਗਾ, ਉਹ ਲੈ ਗਏ ਜੀ। ਕਿੰਨੇ ਦੇ ਗਹਿਣੇ ਹੋਣੇ ਅਤੇ ਕੈਸ਼ ਕਿੰਨਾ ਕਿੰਨਾ ਹੋਣਾ ਵੈ? ਆਪਣੇ ਗਹਿਣਾ ਹੋਊਗਾ 1.5-2 ਲੱਖ ਦੇ ਤਕਰੀਬਨ ਗਹਿਣਾ ਹੋਣਾ ਵਾ, ਬਾਕੀ ਕੈਸ਼ 16,000 ਹੈਗਾ ਜੀ। ਕੈਸ਼ 16,000 ਸੀਗਾ? ਹਾਂਜੀ। ਕਿ ਮਤਲਬ ਸਾਰਾ ਸਮਾਨ ਤਸੱਲੀ ਨਾਲ ਖੋਲਿਆ ਤੁਹਾਡੇ 1.5 ਘੰਟੇ ਦੇ ਵਿੱਚ ਹੀ ਸਾਰਾ ਸਮਾਨ ਖੋਲਤਾ? ਹਾਂਜੀ, 1.5 ਘੰਟੇ ਵਿੱਚ ਹੀ।
ਤੇ ਦਰਵਾਜ਼ੇ ਨੂੰ ਤਾਲਾ ਲਾ ਕੇ ਕਿ ਕੁੰਡਾ ਲਾ ਕੇ ਜਾਂਦੇ ਹੋ? ਦਰਵਾਜ਼ੇ ਸਾਰੇ ਨੂੰ ਤਾਲਾ ਲਾ ਕੇ ਗਏ ਕਿ ਹਰੇਕ ਦਰਵਾਜ਼ਿਆਂ ਦੇ ਤਾਲੇ ਤੋੜੇ ਹੋਏ ਉਹਨਾਂ ਨੇ। ਇਹ ਦਰਵਾਜ਼ੇ ਤਾਲਾ ਵੀ ਤੋੜਤਾ? ਹਾਂਜੀ, ਉਹਦਾ ਵੀ ਤੋੜਿਆ ਹੋਇਆ। ਹਾਂਜੀ, ਮੇਨ ਗੇਟ ਤੋਂ ਐਂਟਰ ਹੋਏ ਤਾਲਾ ਖੋਲ੍ਹ ਕੇ, ਤੇ ਉਹ ਜਦੋਂ ਮੈਂ ਵਾਪਸ ਆਇਆ ਤੇ ਤਾਲਾ ਹਲਕਾ ਹੀ ਬਾਹਰ ਦਰਵਾਜ਼ੇ ਨੂੰ ਕੁੰਡੀ ਲਾ ਕੇ ਛੱਡੀ ਹੋਈ ਸੀ ਹਲਕੀ ਜਿਹੀ ਉਹਨਾਂ ਨੇ। ਕੀ ਮਤਲਬ ਪੂਰਾ ਹਾਸਾ ਕਰ ਲਿਆ? ਇਹ ਤਾਲੇ ਨੇ ਜਿਹੜੇ ਤੋੜੇ ਹੋਏ ਨੇ? ਹਾਂਜੀ, ਇਹ ਤਾਲੇ ਆ ਜੀ, ਇਹ ਸਾਰੇ ਤੋੜਤੇ ਨੇ। ਹਾਂਜੀ, ਸਾਰੇ ਤੋੜੇ ਹੋਏ। ਤੇ ਪੁਲਿਸ? ਪੁਲਿਸ ਆਏ ਸੀਗੇ ਆਪਣੇ, ਉਹਨਾਂ ਨੇ ਚੈੱਕ ਚੁੱਕ ਕੀਤਾ ਤੇ ਉਹਨਾਂ ਨੇ ਸ਼ਾਮ ਨੂੰ ਬੁਲਾਇਆ ਵਾ, ਤੇ ਬਾਕੀ ਕਹਿੰਦੇ ਆਪਾਂ CCTV ਕੈਮਰੇ ਦੇਖ ਕੇ ਕਾਰਵਾਈ ਕਰਾਂਗੇ ਅੱਗੇ। ਕਿਸ ਤਰ੍ਹਾਂ ਕਮਾਇਆ ਸੀਗਾ ਸਾਰਾ ਪੈਸਾ ਤੇ ਸਾਰਾ ਜੇਵਰਾਤ ਕਿੱਦਾਂ ਬਣਾਏ ਸੀਗੇ? ਇਹ ਤਾਂ ਭਾਜੀ ਬਹੁਤ ਮੁਸ਼ਕਲ ਨਾਲ ਬਣਾਏ, ਉਹ ਤਾਂ ਸਾਨੂੰ ਪਤਾ ਹੈ। ਇਹਨਾਂ ਨੇ ਇੱਕ ਇੱਕ ਪਾਈ ਕਿੱਦਾਂ ਜੋੜੀ ਹੈ, ਕਿਉਂਕਿ ਪਾਪਾ ਤਾਂ ਹੈ ਨਹੀਂ ਸੀ ਇਹਦੇ। ਇਹਨੇ ਖੁਦ ਪਾਰਟ ਟਾਈਮ ਜੋਬ ਕਰਕੇ ਆਪਣਾ ਮੈਰਿਜ ਵੀ ਆਪੇ ਕਰਾਈ ਹੈ, ਅਤੇ ਜੇਵਰਾਤ ਵੀ ਇਹਨੇ ਆਪੇ ਬਣਾਏ, ਕਿਸੇ ਦੀ ਹੈਲਪ ਨਹੀਂ ਲਈ। ਹੁਣ ਕੀ ਕਹਿ ਸਕਦੇ ਹਾਂ, ਸਾਰਾ ਹੱਥ ਸਾਫ਼ ਕਰ ਗਏ। ਭਾਬੀ ਦੇ ਜਿੰਨੇ ਵੀ ਗਹਿਣੇ ਸੀਗੇ, ਮੇਰੀ ਭਰਜਾਈ ਲੱਗਦੀ ਹੈ, ਮੈਂ ਇਹਨਾਂ ਦੀ ਛੋਟੀ ਸਿਸਟਰ ਹਾਂ, ਵੀ ਭਰਜਾਈ ਦੇ ਜਿੰਨੇ ਗਹਿਣੇ ਸੀ ਉਹ ਲੈ ਗਏ, ਜਿਹੜਾ ਕੈਸ਼ ਮੰਮੀ ਨੇ ਜਨਾਨੀਆਂ ਦੀ ਆਦਤ ਹੁੰਦੀ ਹੈ ਰੱਖਣ ਦੀ, ਉਹ ਰੱਖਿਆ ਹੋਇਆ ਸਲੁਕਾ ਕੇ, ਬਸ ਉਹ ਵੀ ਲੈ ਗਏ। ਮਤਲਬ ਬੰਦਾ ਸੋਚਦਾ ਘਰ ਦੇ ਵਿੱਚ ਜੇਵਰਾਤ ਰੱਖੇ ਨੇ ਸੇਫ ਹੈਗੇ ਨੇ, ਉਹ ਸੇਫ ਨਹੀਂ ਹੈ, ਘਰਾਂ 'ਚ ਵੀ ਸੇਫ ਨਹੀਂ ਹੈਗੇ। ਜ਼ਿਆਦਾ ਦਿਨ ਨਹੀਂ ਹੋਏ, 3-4 ਦਿਨ ਹੋ ਗਏ ਸੀ ਉਹਨਾਂ ਨੂੰ ਗਏ ਨੂੰ, ਵੀ ਹੱਥ ਸਾਫ਼ ਕਰਨ ਨੂੰ ਟਾਈਮ ਨਹੀਂ ਲੱਗਾ। ਪਰ ਬਾਈ ਕੀ ਸੀਗਾ ਵੈਸੇ ਸਾਰਾ ਕੁਛ? ਦੇਖੋ ਮੇਨ ਚੀਜ਼ ਇਹਨਾਂ ਦੇ ਗਹਿਣੇ ਸੀਗੇ ਅਤੇ ਕੈਸ਼ ਸੀਗਾ, ਉਹਦੇ 'ਤੇ ਹੀ ਸਿੱਧਾ ਉਹਨਾਂ ਨੇ ਅਟੈਕ ਕੀਤਾ। ਹੋਰ ਬਾਕੀ ਹੋਰ ਕਿਸੇ ਜ਼ਿਆਦਾ ਚੀਜ਼ ਨੂੰ ਫਰੋਲਾ ਫਰਾਲੀ ਕੀਤੀ, ਹੋਰ ਕੋਈ ਇਹੋ ਜਿਹੀ ਚੀਜ਼ ਨਹੀਂ ਲੈ ਕੇ ਗਏ। LED ਸੀਗੀ ਉਹ ਲੈ ਕੇ ਨਹੀਂ ਗਏ? ਨਹੀਂ ਨਹੀਂ, ਇੱਦਾਂ ਜਿੱਦਾਂ ਉਹਨਾਂ ਨੂੰ ਜਿੱਦਾਂ ਪਤਾ ਹੀ ਹੁੰਦਾ ਵੀ ਪ੍ਰੋਪਰ ਇਸ ਜਗ੍ਹਾ 'ਤੇ ਗਹਿਣੇ 'ਤੇ ਪੈਸੇ ਪਏ ਆ, ਸਿੱਧਾ ਆ ਕੇ ਉੱਥੇ ਅਟੈਕ ਕਰਕੇ ਉਹ ਲੈ ਕੇ ਸੀ। ਵੈਸੇ ਤੁਸੀਂ ਸਾਰਾ ਸਮਾਨ ਵੈਸੇ ਗੱਲ ਕੀਤੀ ਵੀ ਕਿੱਦਾਂ ਉਹਨਾਂ ਨੂੰ ਪਤਾ ਕਿ ਇਹ ਸਮਾਨ ਟਾਰਗੇਟ ਇੱਥੇ ਹੀ ਕਰਨਾ? ਟਾਰਗੇਟ ਵੈਸੇ ਤਾਂ ਮਾਤਾ ਨੇ ਰੱਖੇ ਹੀ ਗਹਿਣੇ, ਜਾਂ ਵਾਈਫ ਰੱਖਦੇ ਗਹਿਣੇ, ਉਹਨਾਂ ਨੂੰ ਪਤਾ ਹੀ ਉਹ ਕਿੱਥੇ ਰੱਖਦੇ ਗਹਿਣੇ। ਜ਼ਿਆਦਾਤਰ ਅਲਮਾਰੀ ਜਾਂ ਬੈਡਬੁੱਡ 'ਚ ਦੇਖਦੇ ਹੁੰਦੇ ਆ, ਅਲਮਾਰੀ 'ਚ ਰੱਖਦੇ ਆ, ਜਾਂ ਵਾਈਫ ਆਪਣੀ ਅਲਮਾਰੀ 'ਚ ਰੱਖਦੇ, ਜਾਂ ਮਾਤਾ ਜੀ ਆਪਣੀ ਅਲਮਾਰੀ 'ਚ ਰੱਖਦੇ ਨੇ ਗਹਿਣੇ। ਮੁੱਲੇ ਵਾਲਿਆਂ ਨੂੰ ਜਿਹੜਾ ਫਣਕ ਨਹੀਂ ਲੱਗੀ? ਕਿਸੇ ਨੂੰ ਕੋਈ ਫਣਕ ਨਹੀਂ ਲੱਗੀ। ਕੀ ਹੋ ਗਿਆ ਲੁਧਿਆਣੇ ਸ਼ਹਿਰ ਨੂੰ? ਮੈਂ ਇਹੀ ਗੱਲ ਤੁਹਾਨੂੰ ਜ਼ਰੂਰ ਦੱਸਣਾ ਚਾਹੁੰਦਾ, ਵੀ ਦਿਨ ਦਿਹਾੜੇ ਚੋਰੀਆਂ ਨਸ਼ੇੜੀ ਦਾ ਪੂਰਾ ਹੋਇਆ ਹੋਇਆ। ਮੈਂ ਇੱਕ ਰਿਕੁਐਸਟ ਕਰਦਾ ਪੁਲਿਸ ਡਿਪਾਰਟਮੈਂਟ ਨੂੰ, ਇਸ ਚੀਜ਼ਾਂ ਨੂੰ ਜਲਦੀ ਜਲਦੀ ਨੱਥ ਪਈ ਜਾਵੇ, ਨਹੀਂ ਤਾਂ ਆਉਣ ਵਾਲਾ ਸਮੇਂ ਬਹੁਤ ਬੁਰਾ ਹਾਲ ਹੈ ਪੰਜਾਬ ਦਾ। ਪੁਲਿਸ ਕਿੰਨੀ ਦੇਰ ਬਾਅਦ ਆਉਂਦੀ ਬਾਈ? ਅਸੀਂ ਫੋਨ ਕੀਤਾ ਜੀ ਘੰਟੇ ਡੇਢ ਘੰਟੇ ਡੇਢ ਘੰਟੇ ਬਾਅਦ ਆਈ। ਹਾਂਜੀ, ਇਹਨਾਂ ਦਾ ਪਤਾ ਬੰਦਾ ਹੀ ਮਰ ਜੇ ਯਾਰ, ਉਹ ਤਾਂ ਤੁਹਾਨੂੰ ਪਤਾ ਹੈ ਜੀ, ਪਹਿਲੇ ਉੱਥੇ ਰਿਕੁਆਇਰਡ ਰਿਪੋਰਟ ਲਿਖਾਈ, ਫਿਰ ਪੁਲਿਸ ਆਈ, ਉਹਨਾਂ ਨੇ ਪੂਰੇ ਵੈਸੇ ਆਪਣੀ ਵੱਲੋਂ ਪੂਰੀ ਤਸੱਲੀ ਕੀਤੀ ਹੈ, ਬਕਾਇਦਾ 4 ਵਜੇ ਬੁਲਾਇਆ ਵੀ ਹੈ, ਅਸੀਂ 4 ਵਜੇ ਇੱਧਰ ਜਿਹੜੇ ਕੈਮਰੇ ਉਹ ਵੀ ਚੈੱਕ ਕਰਾਉਣੇ ਆ, ਸਾਰਾ ਕੁਝ ਦੇਖ ਰਹੇ ਹਾਂ। ਬਟ ਮੇਰਾ ਇਹ ਮੰਨਣਾ ਦਿਨ ਦਿਹਾੜੇ ਲੋਕ ਬੇਖੌਫ ਹੋਏ ਪਏ ਆ, ਅਤੇ ਸਰਕਾਰ ਦੇ ਇਹਦਾ ਮਤਲਬ ਹੱਥ ਖੜੇ ਹੋਏ ਆ। ਭਾਈ ਜੀ ਮੱਲਾ ਯਾਰ, ਮੱਲੇ ਦੇ ਵਿੱਚ ਤਾਂ ਥੋੜ੍ਹੀ ਮੋਟੀ ਤਾਂ ਭਣਕ ਲੱਗ ਜਾਂਦੀ ਆ, ਆਂਢੀ ਗੁਆਂਢੀਆਂ ਨੂੰ ਤਾਲਾ ਤੋੜਿਆ ਜਾ ਰਿਹਾ, ਅੰਦਰ ਖੜਕਾ ਹੋ ਰਿਹਾ। ਮੈਂ ਇੱਕ ਚੀਜ਼ ਦਿਖਾਉਣੀ ਚਾਹੁੰਦਾ ਤੁਸੀਂ, ਇਸ ਦਰਵਾਜ਼ੇ ਨੂੰ ਦੇਖੋ, ਇਹ ਬੜਾ ਭਾਰਾ ਜਿਹਾ ਦਰਵਾਜ਼ਾ, ਟੱਚ ਕਰਦੇ ਹੋ ਕਿੱਡੀ ਆਵਾਜ਼ ਆਉਂਦੀ ਆ। ਜੇ ਇਹਦਾ ਦਰਵਾਜ਼ਾ ਤੋੜਿਆ ਹੋਊਗਾ, ਤਾਲਾ ਤੋੜਿਆ ਹੋਊਗਾ, ਕਿ ਆਵਾਜ਼ ਨਹੀਂ ਆਊਗੀ ਗਲੀ ਮੁਹੱਲੇ 'ਚ? ਇੱਕ ਆਹ ਚੀਜ਼ ਅੱਗੇ ਆਓ, ਉਹ ਅਲਮਾਰੀ ਜਿਹੜੀ ਲੋਹੇ ਅਲਮਾਰੀ ਤੁਸੀਂ ਦੇਖੀ, ਉਹ ਲੋਹੇ ਦੀ ਬਹੁਤ ਪੁਰਾਣੀ, ਇਹਨਾਂ ਦੇ ਮਦਰ ਦੇ ਟਾਈਮ ਦੀ ਜ਼ਮਾਨੇ ਦੀ ਅਲਮਾਰੀ ਹੈ। ਮੈਂ ਚਾਹੇ ਨਾ ਕਰ ਸਕਦਾ, ਤੁਸੀਂ ਉਹਨੂੰ ਹੱਥ ਨਾਲ ਵੀ ਲਾਓਗੇ ਨਾ, ਬੜੀ ਆਵਾਜ਼ ਆਊਗੀ ਆਂਢੀ ਗੁਆਂਢੀ ਇਹੀ ਸਾਰਿਆਂ ਨੂੰ, ਇਹਨਾਂ ਨੂੰ ਵੀ ਕਿਸੇ ਨੂੰ ਕੁਛ ਨਹੀਂ ਪਤਾ ਲੱਗਿਆ ਜੀ। ਮਤਲਬ ਚੋਰ ਤਸੱਲੀ ਕਰਕੇ ਗਏ ਨੇ ਆਰਾਮ ਨਾਲ, ਆਹ ਤਾਲਾ ਤੋੜਿਆ ਅੰਦਰ ਆਏ ਪ੍ਰੀ ਪਲਾਨ ਨਾਲ, ਜਿਵੇਂ ਸਮਝਦੇ ਨਾ ਵੀ ਇਹ 8:30 ਗਿਆ ਵਾ, ਤਾਂ ਉਸ ਤੋਂ ਬਾਅਦ 1 ਘੰਟੇ ਦੇ ਵਿੱਚ ਹੀ ਡੇਢ ਘੰਟੇ ਦੇ ਖਾਸ ਹੀ ਬੰਦਾ ਹੋਊਗਾ ਜਿਹਨੂੰ ਰੇਕੀ ਕੀਤੀ ਹੋਊਗੀ ਕਿ ਬੰਦਾ ਜਾਂਦਾ ਕਦੋਂ? ਹਾਂ ਬਸ ਇਹ ਸਮਝ ਲਓ, ਬਾਕੀ ਬਲਜਿੰਦਰ ਟੋਟਲ ਸਾਰਾ ਦੱਸ ਦਿਓ। ਨਹੀਂ ਬਾਈ ਬਲਜਿੰਦਰ, ਮੈਂ ਵੇਖ ਇੱਕ ਗੱਲ ਕਰਦਾ ਵਾਂ ਕਿ ਉਹ ਬੰਦੇ ਨੇ ਰੇਕੀ ਕੀਤੀ ਹੋਣੀ ਚਾਹੀਦੀ, ਤੁਸੀਂ ਡਿਊਟੀ 'ਤੇ ਕਿੰਨੇ ਵਜੇ ਜਾ ਰਹੇ ਹੋ, ਕਿੰਨੇ ਵਜੇ ਨਹੀਂ ਜਾ ਰਹੇ ਹੋ, ਜੇ ਤੁਸੀਂ ਡਿਊਟੀ 'ਤੇ ਕਿਉਂ 6 ਵਜੇ ਆ ਜਾਓ, ਜੇ ਡਿਊਟੀ 'ਤੇ ਗਏ ਹੋ ਤਾਂ ਹੀ ਉਹ ਪਿੱਛੋਂ ਆਇਆ। ਹਾਂਜੀ ਉਹ ਤਾਂ ਹੈ ਜੀ, ਕਿਉਂਕਿ ਉਹਨਾਂ ਨੇ ਦੇਖਿਆ ਕਿ 3-4 ਦਿਨ ਤੋਂ ਇਹ ਡਿਊਟੀ 9 ਵਜੇ ਜਾ ਰਿਹਾ ਵਾ, 3 ਵਜੇ ਵਾਪਸ ਆਉਂਦਾ ਵਾ। ਸ਼ੱਕ ਲੱਗਦਾ ਕਿਸੇ ਦੇ? ਸ਼ੱਕ ਤਾਂ ਹੁਣ ਕਹਿ ਨਹੀਂ ਸਕਦੀ ਆਪਾਂ ਕਿਸੇ ਨੂੰ, ਗਲੀ 'ਚ ਕਹਿ ਨਹੀਂ ਸਕਦੇ ਆਪਾਂ। ਮੰਗ ਕੀ ਕਰਦੇ ਪੁਲਿਸ ਡਿਪਾਰਟਮੈਂਟ ਤੋਂ ਕਿ ਜਲਦੀ ਜਲਦੀ ਸਾਡਾ ਇਨਸਾਫ਼ ਕੀਤਾ ਜਾਵੇ? ਬਿਲਕੁਲ
ਇਹ ਮਹਾਂ ਸਿੰਘ ਨਗਰ ਹੈ ਜਿੱਥੇ ਅਸੀਂ ਮੌਜੂਦ ਹੈਗੇ ਹਾਂ। ਇਹ ਡਾਬਾ ਲੁਹਾਰਾ ਰੋਡ ਦੇ ਉੱਤੇ ਪੈਂਦਾ ਵਾ, ਲੇਕਿਨ ਇਹ ਤਸਵੀਰ ਤੁਹਾਨੂੰ ਦਿਖਾਈ ਜਾ ਰਹੀ ਜਿੱਥੇ ਚੋਰਾਂ ਨੇ ਜਿਹੜਾ ਦਿਨ ਦੇ ਵੇਲੇ ਹੀ ਜਿਹੜੀ ਹੈ ਇੱਕ ਘੰਟੇ ਦੇ ਵਿੱਚ ਹੀ ਸਾਰਾ ਘਰ ਸਾਫ਼ ਕਰ ਗਏ। ਘੱਟੋ ਘੱਟ ਜੇਵਰਾ ਸੀਗੀ ਉਹ ਵੀ ਲੈ ਗਏ, ਪੈਸਾ ਸੀਗਾ ਉਹ ਵੀ ਲੈ ਗਏ, ਲੇਕਿਨ ਤਸਵੀਰ ਕਿਤੇ ਨਾ ਕਿਤੇ ਤੁਹਾਨੂੰ ਵੀ ਹੈਰਾਨ ਕਰ ਦੇਗੀ। ਤੁਸੀਂ ਵੀ ਘਰਾਂ 'ਚੋਂ ਬਾਹਰ ਜਾਂਦੇ ਹੋ ਜੋ ਸੋਚਦੇ ਹੋ ਕਿ ਸਵੇਰ ਹੈਗੀ ਹੈ, ਦੁਪਹਿਰ ਹੈਗੀ ਹੈ, ਚਾਹੇ ਚਿੱਟੇ ਚਾਨਣ ਦੀ ਰੋਸ਼ਨੀ ਹੈਗੀ ਹੈ, ਲੇਕਿਨ ਤੁਸੀਂ ਇਹ ਭੁਲੇਖਾ ਨਾ ਸੋਚੇ। ਚੋਰ ਜਿਹੜੇ ਨੇ ਚੋਰੀ ਕਰਕੇ ਵਾਰਦਾਤ ਕਰਕੇ 9 ਤੋਂ 11 ਹੋ ਜਾਂਦੇ ਅਤੇ ਪਿੱਛੇ ਹੱਥ ਮਲਣ ਨੂੰ ਰਹਿ ਜਾਂਦੇ ਨੇ। ਦੇਖਦੇ ਹੁਣ ਪੁਲਿਸ ਕਿੰਨੀ ਦੇਰ ਤੱਕ ਇਹਨਾਂ ਦਾ ਸਮਾਨ ਜਿਹੜਾ ਇਹਨਾਂ ਨੂੰ ਦਵਾਏਗੀ ਅਤੇ ਉਹ ਚੋਰਾਂ ਨੂੰ ਗ੍ਰਿਫਤਾਰ ਕਰੇਗੀ, ਤਾਂ ਕਿ ਪੁਲਿਸ ਦੇ ਉੱਤੇ ਇਹ ਬਣਦਾ ਕਿ ਪੁਲਿਸ ਵੀ ਜਿਹੜੇ ਐਸੇ ਦਹਿਸ਼ਤਗਰਦ ਜਿਹੜੇ ਮੁਹੱਲਿਆਂ ਦੇ ਵਿੱਚ ਆਉਂਦੇ ਨੇ ਜੋ ਘਰਾਂ ਦੇ ਵਿੱਚ ਕੀਮਤੀ ਸਮਾਨ ਜਿਹੜੇ ਆਪਣੀ ਮਿਹਨਤ ਅਤੇ ਮੁਸ਼ੱਕਤ ਦੇ ਨਾਲ ਬਣਾਉਂਦੇ ਨੇ, ਕਿਸ ਤਰ੍ਹਾਂ ਬਣਾਇਆ ਹੋਊਗਾ ਇਸ ਵੀਰ ਨੇ ਸਮਾਨ, ਜਿੱਦਾਂ ਭੈਣ ਨੇ ਦੱਸਿਆ, ਲੇਕਿਨ ਕਾਰਵਾਈ ਅਮਲ 'ਚ ਲਿਆਂਦੀ ਜਾਵੇ ਤਾਂ ਕਿ ਇਸ ਪਰਿਵਾਰ ਨੂੰ ਵੀ ਇਨਸਾਫ ਮਿਲ ਸਕੇ। ਭਾਅ ਜੀ, ਮਹਾਂ ਸਿੰਘ ਨਗਰ ਦੇ ਵਿੱਚ ਚੋਰੀ ਹੋਈ ਹੈ, ਮਾਮਲਾ ਤੁਹਾਡੇ ਧਿਆਨ ਕੀ ਹੈਗਾ? ਮਹਾਂ ਸਿੰਘ, ਹਾਂਜੀ ਹਾਂਜੀ ਗਏ ਸੀ, ਹਾਂਜੀ ਮੌਕਾ ਦਿੱਤਾ। ਕਿੰਨੇ ਵਜੇ ਵਾਰਦਾਤ ਹੋਈ ਹੈ, ਕੁਛ ਵੀਡੀਓ ਹੱਥ ਲੱਗੀ ਸਰ? ਨਹੀਂ ਨਹੀਂ, ਵੀਡੀਓ ਨਾ ਗਲੀ ਗੁਆਂਢ ਇੱਥੇ ਕੈਮਰੇ ਕੁਮਰੇ ਨਹੀਂ ਲੱਗੇ ਹੋਏ ਜੀ, ਕੁਛ ਲੱਗਿਆ ਨਹੀਂ ਹੱਥ। ਅਤੇ ਇਹ ਜਦੋਂ ਬੰਦਾ ਗਿਆ 2 ਘੰਟੇ ਬਾਅਦ ਵਾਪਸ ਘਰ ਆਇਆ ਅਤੇ ਉਹਦੇ ਵਿੱਚ ਹੀ ਚੋਰੀ ਹੋ ਗਈ। ਲੇਕਿਨ ਸਰ ਜਿਹੜਾ ਦਿਨ ਦੇ ਸਾਡੇ ਜਿਹੜੀ ਚੋਰੀ ਕੀਤੀ ਗਈ ਹੈ, ਇਹਦੀ ਵੀਡੀਓ ਖੰਗਾਲੀ ਜਾਏਗੀ ਪੁਲਿਸ ਵੱਲੋਂ? ਹਾਂ, ਅਸੀਂ ਉੱਧਰ ਇੱਕ ਸ਼ਾਇਦ ਫੈਕਟਰੀ ਜੀ ਉੱਧਰ ਉਹਨਾਂ ਨੂੰ ਕਹਿ ਕੇ ਆਇਆ, ਤੁਸੀਂ ਦੇਖ ਲਓ ਕੋਈ ਓਪਰਾ ਬੰਦਾ ਤੁਹਾਨੂੰ ਦਿਖਦਾ ਹੋਵੇ, ਐਕਟੀਵਿਟੀ ਚੈੱਕ ਕਰ ਲਓ 2 ਘੰਟਿਆਂ ਦੇ ਵਿੱਚ, ਅਸੀਂ ਗੱਲਬਾਤ ਕਰਕੇ ਆਏ ਹੋਏ ਹਾਂ। ਲੇਕਿਨ ਪਰਿਵਾਰ ਵੀ ਚਾਹੁੰਦਾ ਕਿ ਜੋ ਉਹਦਾ ਸਮਾਨ ਹੈ ਕੋਈ ਬਰਾਮਦ ਹੋ ਜਾਵੇ, ਅਸੀਂ ਵੀ ਚਾਹੁੰਦੇ ਹਾਂ ਪੁਲਿਸ, ਸਾਡੀ ਲੁਧਿਆਣਾ ਦੀ ਪੁਲਿਸ ਹੈਗੀ ਹੈ, ਇਹਨਾਂ ਨੂੰ ਇਨਸਾਫ ਜ਼ਰੂਰ ਦਵਾਵੇ। ਸਾਡੇ ਕੋਲ ਜਿੰਨਾ ਹੋਊਗਾ ਅਸੀਂ ਉਹ ਕੰਮ ਕਰ ਰਹੇ ਹਾਂ। ਥੈਂਕ ਯੂ ਸਰ, ਬਹੁਤ ਬਹੁਤ ਸ਼ੁਕਰੀਆ। ਹਾਂਜੀ ਹਾਂਜੀ, ਥੈਂਕ ਯੂ। ਲੁਧਿਆਣਾ ਕੈਮਰਾ ਮੈਂ ਧਰਮੇ ਦੇ ਨਾਲ, ਮੈਂ ਵਿਸ਼ਾਲ ਕਪੂਰ ਲੁਧਿਆਣਾ ਲਾਈਵ।